ਅਸੀਂ ਜੀ ਜਦੋਂ ਦਾ ਸੰਘਰਸ਼ ਸ਼ੁਰੂ ਹੋਇਆ ਉਸ ਟਾਈਮ ਦਾ ਹੀ ਸੋਚਿਆ ਸੀ ਵੀ ਬੱਚਿਆਂ ਨੂੰ ਜ਼ਰੂਰੀ ਹਿੱਸਾ ਪਵਾਵਾਂਗੇ ਬੱਚਿਆਂ ਦਾ ਅਤੇ ਸਟੇਸ਼ਨ 'ਤੇ ਅਸੀਂ ਲਿਜਾ ਨਹੀਂ ਸਕਦੇ ਸੀ ਛੋਟਾ ਸੀ ਉਸ ਟਾਈਮ 'ਤੇ ਅਤੇ ਚਲੋ ਅੱਜ ਦਿਨ ਆਇਆ ਅਤੇ ਕਾਕੇ ਦਾ ਜਨਮਦਿਨ ਸੀ ਅੱਜ ਚਲੋ ਸੋਚਿਆ ਵੀ ਕਿਸਾਨਾਂ ਦੇ ਲੇਖੇ ਲਾਇਆ ਜਾਵੇ ਸਾਰੇ ਵਰਲਡ ਵਿੱਚ ਜੀ ਜਿਵੇਂ ਕਿਸਾਨਾਂ ਦਾ ਹੁਣ ਪੂਰਾ ਹੋ ਰਿਹਾ ਜੀ ਬੋਲਬਾਲਾ ਚੱਲ ਰਿਹਾ ਜੀ ਅਤੇ ਅਸੀਂ ਸੋਚਿਆ ਵੀ ਚਲੋ ਕਿਸਾਨਾਂ ਦੇ ਲੇਖੇ ਲਾਇਆ ਜਾਵੇ ਜਨਮਦਿਨ ਕਾਕੇ ਦਾ ਬਹੁਤ ਜ਼ਿਆਦਾ ਵਧੀਆ ਮਹਿਸੂਸ ਹੋ ਰਿਹਾ ਜੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਸਿੰਘਦੇਵ ਸਿੰਘ ਜੀ ਅਤੇ ਜਥੇਬੰਦੀਆਂ ਸਾਰੀਆਂ ਆਈਆਂ ਹੋਈਆਂ ਨੇ ਜੀ ਇੱਥੇ ਹਾਂਜੀ ਅਸੀਂ ਆਉਣੇ ਹਾਂ ਜੀ ਕਿਸਾਨਾਂ ਨੂੰ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਜੀ ਅਤੇ ਜਿਵੇਂ ਹੁਣ ਸੰਘਰਸ਼ ਚੱਲ ਰਿਹਾ ਜੀ 26 ਤਰੀਕ ਨੂੰ ਵੱਧ ਤੋਂ ਵੱਧ ਦਿੱਲੀ ਵੱਲ ਪਹੁੰਚਣੇ ਚਾਹੀਦੇ ਹੈ ਜੀ।